ਜਾ ਜ਼ਿਲ੍ਹੇ 'ਚ ਪਾਰਟੀ ਤੇ ਸ਼੍ਰੋਮਣੀ ਕਮੇਟੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਥਕ ਮੋਰਚਾ ਛੱਡ ਕੇ ਬਾਦਲ ਦਲ 'ਚ ਆਏ ਉਮੀਦਵਾਰ ਪਾਕ ਤੇ ਪਵਿੱਤਰ ਹੋ ਗਏ ਨੇ, ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤਾਮਿਲਨਾਡੂ ਸਰਕਾਰ ਵੱਲੋਂ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਤੋਂ ਮੁਆਫ਼ੀ ਦਿੱਤੇ ਜਾਣ ਦੇ ਬਾਅਦ ਕੀ ਪੰਜਾਬ ਸਰਕਾਰ ਵੀ ਅਜਿਹਾ ਮਤਾ ਵਿਧਾਨ ਸਭਾ 'ਚ ਲਿਆਏਗੀ, ਤਾਂ ਉਹ ਸਤਿ ਸ੍ਰੀ ਅਕਾਲ ਬੁਲਾ ਕੇ ਪ੍ਰੈਸ ਕਾਨਫਰੰਸ 'ਚੋਂ ਉੱਠ ਕੇ ਚਲੇ ਗਏ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਕੱਲ੍ਹ ਆਪਣੇ ਰੰਗ ਵਿਚ ਨੇ। ਪੰਜਾਬ ਦੇ ਮੁੱਦੇ ਤੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਉਹ ਉਹਨਾਂ ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਬਾਦਲ ਦਲ ਦੇ ਉਮੀਦਵਾਰਾਂ ਲਈ ਹੋ ਰਹੀਆਂ ਰੈਲੀਆਂ 'ਚ ਕੀਤੀ ਜਾ ਰਹੀਆਂ ਤਕਰੀਰਾਂ ਤੋਂ ਪਤਾ ਲੱਗਦਾ ਹੈ। ਬਠਿੰਡਾ 'ਚ ਉਹਨਾਂ ਦੇ ਕਿਆਮ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸੱਤਾਧਾਰੀ ਅਕਾਲੀ ਦਲ ਵੱਲੋਂ ਪੁਲਿਸ ਅਧਿਕਾਰੀਆਂ ਦੀ ਮਦਦ ਲਈ ਜਾ ਰਹੀ ਹੈ, ਤਾਂ ਉਹਨਾਂ ਨੇ ਕੁਝ ਇਸ ਤਰ੍ਹਾਂ ਦਾ ਜਵਾਬ ਦਿੱਤਾ। ਮੈਂ ਚੈੱਕਅਪ ਕਰ ਲੂੰਗਾ, ਅਸੀਂ ਵੀ ਫੁੱਲੀ ਕੋਆਪਰੇਟ ਵਿਦ ਇਲੈਕਸ਼ਨ ਕਮਿਸ਼ਨ, ਸਾਡਾ ਕੋਈ ਇਹਦੇ ਨਾਲ ਨਹੀਂ ਹੈ। ਇਲੈਕਸ਼ਨ ਕਮਿਸ਼ਨ ਦੀ ਜੋ ਰਿਕੁਆਇਰਮੈਂਟ, ਅਸੀਂ ਤਾਂ ਜੋ ਰਿਕੁਆਇਰਮੈਂਟ ਇਲੈਕਸ਼ਨ ਕਮਿਸ਼ਨ ਦੀ ਪ੍ਰੋਵਾਈਡ ਬਾਈ ਦੈਟ। ਐਂਡ ਮੈਂ ਤੁਹਾਨੂੰ ਹੋਰ ਦੱਸਾਂ, ਇਲੈਕਸ਼ਨ ਕਿਤੇ ਇੰਡੀਵਿਜੁਅਲ ਅਫਸਰਾਂ ਦੇ ਨਾਲ ਕਰਕੇ ਨਹੀਂ ਜਿੱਤੇ ਜਾਂਦੇ, ਜੇ ਅਫਸਰਾਂ ਕਰਕੇ ਜਾਂ ਕਿਸੇ ਕਰਕੇ, SSP ਕਰਕੇ ਜਾਂ DG ਕਰਕੇ ਜਾਂ IG ਕਰਕੇ ਇਲੈਕਸ਼ਨ ਜਿੱਤੇ ਜਾਂਦੇ, ਫਿਰ ਸਰਕਾਰਾਂ ਬਦਲੀਆਂ ਨੇ ਸੀ ਨਾ, ਲਿਬੀਆ ਨੇ ਲਿਬੀਆ ਦੇ ਗਦਾਫੀ ਨੇ ਜਾਣਾ ਸੀ ਨਾ, ਤਾਂ ਕਿਸੇ ਨੇ ਜਾਣਾ ਸੀ। ਇਸ ਦੇ ਨਾਲ ਹੀ ਉਹਨਾਂ ਦਾ ਧਿਆਨ ਪੰਥਕ ਮੋਰਚੇ ਦੇ ਉਮੀਦਵਾਰਾਂ ਤੇ ਦਰਜ ਕੀਤੇ ਗਏ ਝੂਠੇ ਮੁਕੱਦਮਿਆਂ ਵੱਲ ਦਿਵਾਇਆ ਗਿਆ, ਅਤੇ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਪੰਥਕ ਮੋਰਚੇ ਦੇ ਉਮੀਦਵਾਰ ਜਿਨ੍ਹਾਂ ਤੇ ਮੁਕੱਦਮੇ ਦਰਜ ਕੀਤੇ ਗਏ ਸਨ ਨੂੰ ਅਕਾਲੀ ਦਲ ਬਾਦਲ 'ਚ ਸ਼ਾਮਲ ਕਿਉਂ ਕੀਤਾ ਗਿਆ, ਤਾਂ ਉਹਨਾਂ ਨੇ ਆਪਣੇ ਪੱਧਰ ਤੋਂ ਹੇਠਾਂ ਆਉਂਦਿਆਂ ਕੁਝ ਇਸ ਤਰ੍ਹਾਂ ਦਾ ਜਵਾਬ ਦਿੱਤਾ। ਨਹੀਂ, ਜੇ ਅਕਾਲੀ ਦਲ ਜੁਆਇਨ ਹੋ ਗਏ ਫਿਰ ਪੰਥ 'ਚ ਸ਼ਾਮਲ ਹੋ ਗਏ ਨਾ, ਫਿਰ ਕੀ ਰਹਿ ਗਿਆ? ਮੈਂ ਨਹੀਂ ਗੱਲ ਦੱਸਾਂ, ਜਿਵੇਂ ਅੱਜ ਤੁਸੀਂ ਹਿੰਦੁਸਤਾਨ ਟਾਈਮਸ ਰਿਪੋਰਟਰ ਹੋ, ਕੱਲ੍ਹ ਤੁਸੀਂ ਟ੍ਰਿਬਿਊਨ ਚਲੇ ਗਏ, ਫਿਰ ਟ੍ਰਿਬਿਊਨ ਦੀ ਗੱਲ ਕਰਨੀ ਹੈ? ਉਹ ਜਿਵੇਂ ਨਾ ਪੂਰਾ ਸਫਾਈ ਹੋ ਕੇ, ਉਹ ਪਿਊਰੀਫਿਕੇਸ਼ਨ ਹੋ ਕੇ। ਇੰਨਾ ਹੀ ਨਹੀਂ, ਜਦੋਂ ਡੇ ਐਂਡ ਨਾਈਟ ਨਿਊਜ਼ ਵੱਲੋਂ ਉਹਨਾਂ ਨੂੰ ਤਾਮਿਲਨਾਡੂ ਦੀ ਵਿਧਾਨ ਸਭਾ ਵੱਲੋਂ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਨਾ ਦਿੱਤੇ ਜਾਣ ਲਈ ਮਤਾ ਪਾਉਣ ਦਾ ਹਵਾਲਾ ਦੇ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫ਼ੀ ਬਾਰੇ ਪੰਜਾਬ ਵਿਧਾਨ ਸਭਾ 'ਚ ਮਤਾ ਲਿਆਉਣ ਦੀ ਗੱਲ ਕੀਤੀ, ਤਾਂ ਸਿੱਖੀ ਦੀ ਗੱਲ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਦਾ ਜਵਾਬ ਸੁਣੋ। ਛੱਡੋ ਯਾਰ ਤਾਮਿਲਨਾਡੂ, ਹੁਣ ਪੰਜਾਬ ਲੱਗੋ ਯਾਰ, ਸਤਿ ਸ੍ਰੀ ਅਕਾਲ। ਹਾਲਾਂਕਿ ਅਕਾਲੀ ਦਲ ਬਾਦਲ ਦੇ ਜਥੇਬੰਦਕ ਪੱਧਰ ਤੇ ਮਜ਼ਬੂਤ ਹੋਣ ਅਤੇ ਪੰਜਾਬ 'ਚ ਸਰਕਾਰ ਤੇ ਕਾਬਜ਼ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ 'ਚ ਜੇਤੂ ਰਹਿਣ ਦੀ ਸੰਭਾਵਨਾ ਹੈ, ਪਰ ਉਹਨਾਂ ਦੀ ਬਿਆਨਬਾਜ਼ੀ ਉਹਨਾਂ ਨੂੰ ਲੋਕਾਂ ਦੀ ਕਚਹਿਰੀ 'ਚ ਜ਼ਰੂਰ ਖੜਾ ਕਰੇਗੀ। ਬਠਿੰਡਾ ਤੋਂ ਸਵਰਨ ਸਿੰਘ ਦਾਨੇਵਾਲੀਆ ਨਾਲ ਸੁਰਿੰਦਰ ਸਿੰਘ, ਡੇ ਐਂਡ ਨਾਈਟ।